कल शुगल मेमोरियल सोसाइटी वालों विरसा विहार अमृतसर विखे श्री चमन लाल शुगल जी के बेटे हैप्पी शुगल वालों एक प्रोग्राम आयोजित किया गया, जिस विच उगे कवि ते फिल्म प्रोड्यूसर श्री चमन लाल शुगल जी की 16वीं बरसी मनाई गई अते पंजाबी फिल्म टीचरां दा महूरत किया गया, जिस विच फिल्म की डायरैक्शन का काम दलबीर भरोवाल जी नूं सौंपिया गया। इस समय हैप्पी शुगल जी ते उन्हां दी फैमिली अते कलाकार सुरिंदर फरिश्ता, रविंदर भट्टी, काशी राम चंद, गुरदीप संधु, रूपाली संधु, सुपिंदर सैनी जी, बिल्लू चाहल, मैडम इशमित कौर, साबी अटवाल, अमरीक रंधावा, दलजीत अरोड़ा, त्रिलोचन सिंह, मुख्य मेहमान डॉक्टर अवतार सिंह हाजिर सन। आओ वेखिए पूरी रिपोर्ट। ਪੰਜਾਬੀ ਐਕਟਰ ਟੀਵੀ ਅਤੇ ਮੈਂ ਦਲਬੀਰ ਸਿੰਘ ਭਰੋਵਾਲ। ਅੱਜ ਅਸੀਂ ਪਹੁੰਚੇ ਹਾਂ ਵਿਰਸਾ ਵਿਹਾਰ, ਜਿਹਦੇ ਵਿੱਚ ਸਾਡੇ ਪੂਜਨੀਕ ਉਸਤਾਦ ਚਮਨ ਲਾਲ ਸ਼ੁਗਲ ਜੀ, ਉਹਨਾਂ ਦੀ 16ਵੀਂ ਬਰਸੀ ਅੱਜ ਮਨਾਈ ਜਾ ਰਹੀ ਹੈ। ਉਹਨਾਂ ਦੇ ਬੇਟੇ ਹੈਪੀ ਸ਼ੁਗਲ ਜੀ ਜੋ ਕਿ ਸਾਰਾ ਪ੍ਰਬੰਧ ਕਰ ਰਹੇ ਨੇ, ਮਨਾ ਰਹੇ ਨੇ ਵਿਰਸਾ ਵਿਹਾਰ ਦੇ ਸਹਿਯੋਗ ਦੇ ਨਾਲ। ਅਤੇ ਆਓ ਆਪਾਂ ਉਹਨਾਂ ਦੇ ਨਾਲ ਚੰਦ ਸਵਾਲ ਤੁਹਾਡੇ ਰੂਬਰੂ ਕਰੀਏ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਥੋੜ੍ਹਾ ਜਿਹਾ ਚਾਨਣਾ ਪਾਓਗੇ ਕਿ ਅੱਜ 16ਵੀਂ ਬਰਸੀ ਜਿਹੜੀ ਮਨਾ ਰਹੇ ਤੁਸੀਂ? ਇਹ ਜੀ ਆਪਾਂ ਸਾਡੀ ਸੀ ਐਲ ਸ਼ੁਗਲ ਮੈਮੋਰੀਅਲ ਸੁਸਾਇਟੀ ਹੈ ਜੀ, ਇਹਦੇ ਵੱਲੋਂ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਕਰਾਈਦਾ ਸੀ, ਉਪਰਾਲਾ ਕਰੀਦਾ ਸੀ, ਕੋਈ ਨਾ ਕੋਈ ਇਹੋ ਜਿਹਾ ਕੋਈ ਕੈਂਪ ਲਵਾ ਦੇਣਾ, ਕੋਈ ਆਪਣਾ ਸ਼ੁਗਲ ਸੁਸਾਇਟੀ ਵੱਲੋਂ ਕੋਈ ਪ੍ਰੋਗਰਾਮ ਅੱਖਾਂ ਦਾ ਕੈਂਪ, ਕੋਈ ਦਾਨ ਕਰ ਦੇਣਾ, ਕੋਈ ਲੰਗਰ ਕਰ ਦੇਣਾ। ਹੁਣ ਅਸੀਂ ਇਹ ਸੋਚਿਆ ਵੀ ਜਿਹੜੇ ਅੰਮ੍ਰਿਤਸਰ ਦੇ ਕਲਾਕਾਰ ਨੇ ਜੀ, ਉਹ ਬਾਹਰੋਂ ਮੰਗਵਾ ਕੇ ਕੈਮਰੇ, ਬਾਹਰ ਦੇ ਕਲਾਕਾਰ ਬੁਲਾ ਕੇ, ਬਾਹਰ ਦੀਆਂ ਚੰਡੀਗੜ੍ਹ ਵਗੈਰਾ ਕਰਦੇ ਨੇ ਸਟੂਡੀਓ ਬਣਾ ਕੇ, ਉਹਦੀ ਜਗ੍ਹਾ 'ਤੇ ਅਸੀਂ ਇੱਥੇ ਅੰਮ੍ਰਿਤਸਰ ਇੱਕ ਬੜਾ ਵੱਡਾ ਕੈਮਰਾ ਅਸੀਂ ਮੰਗਵਾ ਰਹੇ ਹਾਂ, ਅਤੇ ਉਹਦੇ ਨਾਲ ਅਸੀਂ ਜਿਹੜੇ ਸ਼ੂਟਿੰਗ ਦੇ ਵਿੱਚ ਇਹਨਾਂ ਨੂੰ ਚੈਰੀਟੇਬਲ ਰੇਟ ਦਿਆਂਗੇ। ਇਹ ਉਹ ਸੁਸਾਇਟੀ ਹੈ ਚਮਨ ਲਾਲ ਸ਼ੁਗਲ ਮੈਮੋਰੀਅਲ ਸੁਸਾਇਟੀ, ਔਰ ਮੈਂ ਖੁਦ ਆਪਣੇ ਕੋਲੋਂ ਮੇਰੀ 100 ਗਜ਼ ਜਗ੍ਹਾ
ਉਹ ਮੈਂ ਇਹਦੇ ਸਟੂਡੀਓ ਬਣਾਉਣ ਵਾਸਤੇ ਆਡੀਓ ਸਟੂਡੀਓ ਬਣਾ ਰਿਹਾ ਉੱਥੇ ਉਹਦੇ ਵਿੱਚ ਵੀ ਬਿਲਕੁਲ ਐਵੇਂ ਨਾਮ ਮਾਤਰ ਦੇ ਰੇਟ ਲੱਗਣਗੇ। ਇਹ ਸਰ ਅੱਜ ਕਿਹੜੀ ਕਿਹੜੀ ਆਰਟਿਸਟ ਜਿਹੜੇ ਇੱਥੇ ਰੂਪ ਹੋ ਰਹੇ ਨੇ? ਅੱਜ ਸਾਡੇ ਕੋਲ ਗੁਰਦੀਪ ਸੰਧੂ ਆਏ ਨੇ ਜੀ, ਇੱਕ ਰੁਪਾਲੀ ਸੰਧੂ ਫਿਲਮ ਕਲਾਕਾਰ ਸਾਡੇ ਨਾਲ ਨੇ, ਇੱਕ ਤੁਸੀਂ ਆਪ ਹੀ ਹੋ ਜੀ, ਇੱਕ ਹੈ ਭਾਜੀ ਕੀ ਨਾਮ ਇਹਨਾਂ ਦਾ, ਹਾਂਜੀ ਬਿੱਲੂ ਚਾਲ ਜੀ, ਔਰ ਚੰਨ ਸਾਹਿਬ, ਔਰ ਘੁੱਲੇ ਸ਼ਾਹ ਜੀ, ਔਰ ਦਿਲਜੀਤ ਸਿੰਘ, ਸਾਰੇ ਸਾਡੇ ਕੋਲ ਇਸ ਵੇਲੇ ਮੌਜੂਦ ਨੇ। ਸਾਡੀ ਫਿਲਮ ਦੀ ਪੂਰੀ ਟੀਮ ਤਿਆਰ ਹੈ ਜੀ। ਇਹ ਪ੍ਰੋਗਰਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਚੱਲੇਗਾ, 2 ਘੰਟੇ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਸ਼ਬਦ ਕਵਿਤਾ ਜੋ ਸਾਮਨ ਕਵੀ ਦਰਬਾਰ 'ਚ ਸ਼ੁਗਲ ਸਾਹਿਬ ਦੇ ਵੇਲੇ ਹੁੰਦਾ ਸੀ ਉਹ ਹੀ ਸਾਰਾ ਦੁਬਾਰਾ। ਪਰ ਇਹ ਹੈਗਾ ਮਹੀਨੇ ਦਾ ਫਰਕ ਹੈ, ਹਾੜ ਜਿਹੜਾ ਪਸੀਨਾ ਵਿਖਾ ਰਿਹਾ, ਹਾੜ ਦੇ ਮਹੀਨੇ ਵਾਂਗੂ ਮਹੀਨਾ ਸੋਣ ਰੱਖੀਆਂ। ਸ਼ੁਗਲ ਸਾਹਿਬ ਦਾ ਇੱਕ ਸ਼ੇਰ ਹੈ। ਇਸ ਵੇਲੇ ਤੁਹਾਨੂੰ ਪੰਜਾਬੀ ਐਕਟੀਵਿਟੀ ਦੇ ਦਰਸ਼ਕ ਜਿਹੜੇ ਨਾ ਦੇਖ ਰਹੇ ਨੇ, ਕੁਛ ਤੁਸੀਂ ਉਹਨਾਂ ਬਾਰੇ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਵੀ ਜਿੰਨੇ ਵੀ ਦਰਸ਼ਕ ਨੇ ਉਹਨਾਂ ਵਿੱਚੋਂ ਜਿਹੜਾ ਵੀ ਕੰਮ ਕਰਨਾ ਚਾਹੁੰਦਾ, ਫਿਲਮ 'ਚ ਕੰਮ ਕਰਨਾ ਚਾਹੁੰਦਾ, ਮੇਰੀ ਫਿਲਮ 'ਚ ਜਾਂ ਕਿਸੇ ਵੀ ਫਿਲਮ 'ਚ ਕੋਈ ਵੀ ਕੰਮ ਕਰਨਾ ਚਾਹੁੰਦਾ, ਉਹ ਮੈਨੂੰ ਮਿਲ ਸਕਦਾ, ਮੈਂ ਉਹਨੂੰ ਚਾਂਸ ਜ਼ਰੂਰ ਦਿਆਂਗਾ। ਸਰ ਕਿਹੜੀ ਫਿਲਮ ਅਨਾਊਂਸ ਕਰ ਰਹੇ ਹੋ? ਮੈਂ ਇਸ ਵੇਲੇ ਟਿੱਚਰਾਂ ਫਿਲਮ ਬਣਾ ਰਿਹਾ, ਮੇਰੀਆਂ ਆਉਣ ਵਾਲੀਆਂ ਫਿਲਮਾਂ ਮੇਰਾ ਕੀ ਕਸੂਰ ਹੈ, ਇੱਕ ਪਾਸਟ ਪ੍ਰੈਜੈਂਟ ਫਿਊਚਰ ਮੇਰਾ ਪਲੇਅ ਚੱਲ ਰਿਹਾ ਜਿਹੜਾ ਉਹ ਰੇਡੀਓ 'ਤੇ, ਅਤੇ ਉਹ ਜਦੋਂ ਜਿਸ ਵੇਲੇ ਫ੍ਰੀ ਹੋ ਕੇ ਆਉਂਦਾ ਉਹਦੇ ਵੀ ਫਿਲਮ ਬਣੇਗੀ ਪਾਸਟ ਪ੍ਰੈਜੈਂਟ ਫਿਊਚਰ। ਠੀਕ ਫਿਊਚਰ, ਧੰਨਵਾਦ। ਟਿੱਚਰਾਂ ਫਿਲਮ ਦਾ ਮੂਰਤ ਕਰ ਰਹੇ ਨੇ ਅੱਜ ਮੁੱਖ ਮਹਿਮਾਨ ਡਾਕਟਰ ਅਵਤਾਰ ਸਿੰਘ ਜੀ, ਔਰ ਤਕਰੀਬਨ ਸਾਰੇ ਕਲਾਕਾਰ ਸਟੇਜ 'ਤੇ ਪਹੁੰਚ ਚੁੱਕੇ ਨੇ। ਇਸ ਤੋਂ ਬਾਅਦ ਬਕਾਇਦਾ ਸ਼ੂਟਿੰਗ ਹੋਏਗੀ, ਔਰ ਡਾਕਟਰ ਸਾਹਿਬ ਦਾ ਬੜਾ ਸਹਿਯੋਗ ਹੈ ਜੀ, ਜਿੰਨੇ ਵੀ ਲੋਕੇਸ਼ਨਾਂ ਸਾਰੀਆਂ ਡਾਕਟਰ ਸਾਹਿਬ ਦੇ ਰਹੇ ਨੇ, ਪੂਰਾ ਸਹਿਯੋਗ ਕਰ ਰਹੇ ਨੇ ਐਪੀ ਸ਼ੁਗਲ ਜੀ ਨਾਲ, ਬਹੁਤ ਬਹੁਤ ਸ਼ੁਕਰੀਆ। ਇੱਕ ਵਾਰੀ ਜ਼ੋਰਦਾਰ ਤਾੜੀਆਂ ਵਜਾ। ਇੱਕ ਅੰਦਰੋਂ ਲਿਆਓ ਜਰਾ ਉਹ ਮਿੱਠਾ ਲਾਈਏ, ਇਹ ਲੱਡੂ ਇਸ ਕਰਕੇ ਰੱਖੇ ਨੇ ਪ੍ਰੋਗਰਾਮ ਸਾਰਾ ਵੇਖ ਸਕੋ, ਲੱਡੂ ਦੇ ਉਦੋਂ ਦੇ ਆ ਰਹੇ ਸਟਾਰ ਦੇ ਪਏ ਅਤੇ ਮੈਂ ਲੱਡੂ ਦੀ ਆਈਟਮ ਚਾਬੀ ਨਹੀਂ ਲੱਭੀ ਅਤੇ ਅਸੀਂ ਕਿਤੇ ਚਾਬੀ ਲੱਭਣ ਦੇ ਸਾਰੇ ਤੁਹਾਡਾ ਸਾਫ ਚਾਬੀ ਦੇ ਚੱਕਰ ਦੇ ਬਣੇ ਗਏ। ਮੈਂ ਇੱਕ ਥੋੜ੍ਹਾ ਜਿਹਾ ਕੰਮ ਕਰਨਾ, ਤੁਸੀਂ ਸਿਰੇ ਤੋਂ ਥੋੜ੍ਹੇ ਜਿਹੇ ਮਹਿਤਾ ਵਧਾ ਦਿੰਦਾ। ਮਲਕੀਤ ਸਿੰਘ ਅਤੇ ਸਚਿਨ ਮਦਾਨ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਅੰਮ੍ਰਿਤਸਰ।